ਅਸੀਂ ਅੱਜ ਪਹੁੰਚੇ ਹਾਂਗੇ ਬਠਿੰਡਾ ਸਰਹੰਦ ਨਹਿਰ 'ਤੇ, ਜਿੱਥੇ ਕਿ ਜਗਰੂਪ ਗਿੱਲ ਜੀ ਵੱਲੋਂ ਨਹਿਰ ਦੀ ਸਫਾਈ ਦਾ ਕੰਮ ਸ਼ੁਰੂ ਕਰਵਾਇਆ ਜਾ ਰਿਹਾ ਹੈ। ਆਓ ਸੁਣ ਦਿਖਾਉਂਦੇ ਹਾਂ ਜੀ। अंदर ही करा लांगे, नहर के अंदर ही बिच नहीं रहूगी जी फोटो। धार्मिक मूर्ति एक गट्टे च पाई चलो देखो सर। चलो मेजर नैस हो जाए, मेन तो गल जरूरी है, लोग आप ही सो चिटना बंद कर दे। मुकेश जी बेलचे मंगा बाहर की बात चक के ना थे आ जाता वो सारा एटीएम आई ना आप।
आवी मैडम विक्रम सुखबीर फोटो कर चली चली फ्लैश बंद करो फ्लैश बंद करो
ਧੁੰਦੀ ਹੋਈ ਜੀ ਫੋਟੋ। ਬਾਹਰ ਕੱਟ ਚਲਾ ਸਕਦੇ नेचुरल कर ला फिल्टर हटा दे फिल्टर हटाओ ना भाई तुम नाल हो जाओ प्लीज नाल हो जाओ भाई तुम नाल हो जाओ सर सिंह नाल हो जाओ भाई पीछे हो जाओ पीछे हो जाओ पीछे नहीं नहीं कोई नहीं भाई इत ला दो इत चका इत ला दो ओ लगी भी तेरे पिछे ढेरी हाथ ना चक लो जी ये मिट्टी है कपड़ा कट दो हौली हौली धार्मिक जो है
ਪੰਕਜ ਜੀ ਇੱਕ ਆਪਾਂ ਛੋਟੀ ਜੀ ਹੈ ਤਾਂ ਇੱਕ ਹੋਈ ਹੈ ਕਿ ਆਪਾਂ ਸਾਰੇ ਬੰਦੇ ਇੱਥੇ ਖੜ ਕੇ ਇੱਕ ਵਾਰੀ ਮਤਲਬ ਜਿੰਨੇ ਬੰਦੇ ਆਪਾਂ ਖੜੇ ਹਾਂ ਹੁਣ ਆਪਾਂ ਤਾਂ ਕਸਮ ਪਾ ਲਈਏ ਆਪਦੇ ਕਿ ਆਪਾਂ ਇਹ ਕੰਮ ਨਹੀਂ ਕਰਨਾ ਆਪਾਂ ਨਹੀਂ ਛੱਡਦੇ ਵੈਸੇ ਗੱਲ ਕਰਦੇ ਹਾਂ ਜੀ ਆਪਾਂ ਤਾਂ ਨਹੀਂ ਛੱਡਦੇ ਦੁਬਾਰੇ ਕਰਾਂਗੇ ਵੀਰੇ ਦੁਬਾਰੇ ਕਰਾਂਗੇ ਕੋਈ ਨੀ ਡਲੇ ਆ ਡਲੇ ਦੋ ਮੈਂ ਪੋਲਾ ਇਹ ਕਰਦਾ ਜੀ ਮੱਜੀ ਆ ਜੋ ਮੈਂ ਆਫਿਸ ਲੈਣਾ ਕੱਪੜਾ ਨੂੰ ਕੱਪੜਾ ਨੀਚੋ ਖਿੱਚਾ ਤਾਂ ਫਿਰ ਠੀਕ ਆ ਸਾਡੇ ਬਟਿੰਡਾ ਤੇ ਮੇਅਰ ਜੀ ਸਰਦਾਰ ਚਕਰੋਕ ਜੀ ਵੀ ਮੇਅਰ ਨਹੀਂ ਆਈ ਐਮ ਐਲ ਏ ਦੇਖੋ ਜੀ ਦੁਬਾਰਾ ਬੋਲੋ ਬਾਈ ਦੁਬਾਰਾ ਬਾਈ ਫੇਸ ਕਰਕੇ ਕਰੋ ਫੇਸ ਪਾਈ ਰੱਖੋ ਇੱਕ ਮਿੰਟ ਬਾਈ ਇਹ ਲਾਈਵ ਲਾਈਵ 'ਚ ਨਾ ਵੀਰੇ ਪੂਜਾ ਕਰ ਮੱਥੇ ਲਾ ਕੇ ਮੱਥੇ ਲਾ ਕੇ ਗੁੱਡ ਮਾਰਨਿੰਗ ਦੋਸਤੋ ਪਰ ਕਈ ਦਿਨਾਂ ਤੋਂ ਨਹਿਰ ਦੇ ਵਿੱਚ ਪਾਣੀ ਚੱਲ ਰਿਹਾ ਸੀਗਾ ਵੇਟ ਚੱਲ ਰਿਹਾ ਸੀ ਥੋੜਾ ਪਾਣੀ ਚੱਕ ਕੇ ਸੁੱਕ ਗਏ ਰਹਿਨੁਮਾਈ ਦੇ ਵਿੱਚ ਬਠਿੰਡੇ ਦੀਆਂ ਜਿੰਨੀਆਂ ਵੀ ਸਮਾਜ ਸੇਵੀ ਸੰਸਥਾਵਾਂ ਨੇ ਤੇ ਹੋਰ ਸਾਰੇ ਬੁੱਧੀਜੀਵੀ ਲੋਕ ਅੱਜ ਇੱਥੇ ਨਹਿਰ ਤੇ ਇਕੱਠੇ ਹੋਏ ਨੇ ਤਾਂ ਕਿ ਇਸ ਨਹਿਰ ਦੇ ਵਿੱਚੋਂ ਜਿਹੜੀ ਸਾਡੇ ਪੀਣ ਵਾਲੇ ਪਾਣੀ ਦੀ ਸਮੱਸਿਆ ਹੈ ਉਸ ਨਹਿਰ ਦੇ ਵਿੱਚ ਜਿੰਨੀ ਕੋਸ਼ਿਸ਼ ਹੋ ਸਕਦੀ ਹੈ ਅਵੇਅਰਨੈਸ ਲੋਕਾਂ ਦੇ ਵਿੱਚ ਕ੍ਰੀਏਟ ਕੀਤੀ ਜਾਵੇ ਤੇ ਜਿੰਨੀ ਸਫਾਈ ਹੋ ਸਕਦੀ ਹੈ ਉਹ ਕੀਤੀ ਜਾਵੇ ਸਾਡੇ ਵੀ ਸਾਡੇ ਨਾਲ ਹੈ ਕਿ ਸਾਰੀਆਂ ਸਮਾਜ ਸੇਵੀ ਸੰਸਥਾਵਾਂ ਬਠਿੰਡੇ ਦੀਆਂ ਸਾਡੇ ਨਾਲ ਨੇ ਤਾਂ ਤੁਹਾਨੂੰ ਸਾਰਿਆਂ ਨੂੰ ਅਪੀਲ ਵੀ ਕਰਨਗੇ ਗਿੱਲ ਸਾਹਿਬ ਤਾਂ ਮੈਂ ਗਿੱਲ ਸਾਹਿਬ ਨੂੰ ਥੋੜ੍ਹਾ ਠਹਿਰ ਥੋੜ੍ਹਾ ਦੋ ਲੰਬਾ ਕਰ ਲਓ ਦੋ ਚਾਰ ਮਿੰਟ ਹਾਂ ਬਿਲਕੁਲ ਅਤੇ ਮੈਂ ਗਿੱਲ ਸਾਹਿਬ ਨੂੰ ਇੱਕ ਰਿਕੁਐਸਟ ਕਰਾਂਗਾ ਕਿ ਪਹਿਲਾਂ ਸਫਾਈ ਤਾਂ ਅਸੀਂ ਸ਼ੁਰੂ ਕਰ ਦਿੱਤੀ ਹੈ ਸ਼ੁਰੂਆਤ ਹੋ ਚੁੱਕੀ ਹੈ ਸ਼ਹਿਰ ਵਾਸੀਆਂ ਵਾਸਤੇ ਪੂਰੇ ਪੰਜਾਬ ਵਾਸੀਆਂ ਵਾਸਤੇ ਗਿੱਲ ਸਾਹਿਬ ਇੱਕ ਮੈਂ ਚਾਹੁੰਦਾ ਕਿ ਇੱਕ ਮੈਸੇਜ ਤੁਸੀਂ ਜ਼ਰੂਰ ਦਿਓ ਸਮਾਜ ਸੇਵੀ ਸੰਸਥਾਵਾਂ ਨੇ ਔਰ ਜਿੰਨੇ ਹੀ ਸ਼ਹਿਰ ਦੇ ਜਾਗਰੂਕ ਲੋਕ ਨੇ ਔਰ ਨਾਲ ਸਾਡੇ ਮਿਊਂਸੀਪਲ ਕਾਰਪੋਰੇਸ਼ਨ ਦੇ ਜੋ ਅਧਿਕਾਰੀ ਨੇ ਉਹਨਾਂ ਨਾਲ ਬਹਿ ਕੇ ਮਿਲ ਕੇ ਫੈਸਲਾ ਕੀਤਾ ਗਿਆ ਸੀ ਕਿ ਨਹਿਰ ਦੇ ਵਿੱਚ ਕਿਉਂਕਿ ਧਾਰਮਿਕ ਭਾਵਨਾਵਾਂ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਸੰਤੁਸ਼ਟ ਕਰਨ ਲਈ ਜੋ ਅਸੀਂ ਕਰਦੇ ਹਾਂ ਕਾਰ ਉਹਦੇ ਨਾਲ ਜਿਹੜਾ ਸਾਰਾ ਕੁਛ ਇਹਦਾ ਮਟੀਰੀਅਲ ਹੈ ਪਾਣੀ 'ਚ ਬਹਾਇਆ ਜਾਂਦਾ ਔਰ ਹੋਰ ਬਹੁਤ ਸਾਰੇ ਗੱਟਿਆਂ ਦੇ ਵਿੱਚ ਭਰ ਕੇ ਕੱਪੜੇ ਇਸ ਨਹਿਰ ਦੇ ਵਿੱਚ ਸੁੱਟੇ ਜਾਂਦੇ ਆ ਨਹਿਰ ਜਿਹੜੀ ਹੈ ਲਾਈਫ ਲਾਈਨ ਹੈ ਬਠਿੰਡੇ ਸ਼ਹਿਰ ਦੇ ਔਰ ਆਸ ਪਾਸ ਦੇ ਇਲਾਕੇ ਦੀ ਜਿੱਥੋਂ ਸਾਰੇ ਇਲਾਕੇ ਦੇ ਲੋਕ ਪਾਣੀ ਪੀਂਦੇ ਸੀ ਅਸੀਂ ਘਰਾਂ ਦੇ ਵਿੱਚ ਹਜ਼ਾਰਾਂ ਰੁਪਇਆ ਖਰਚ ਕੇ ਆਰ ਓ ਲਵਾਉਂਦੇ ਕਿਉਂ ਅੱਜ ਤੋਂ ਅਗਰ ਅਸੀਂ ਪਿਛਲੇ 50 ਸਾਲ ਨਜ਼ਰ ਮਾਰੀਏ ਸਾਡੀ ਆਪਦੀ ਉਮਰ ਦੇ ਵਿੱਚ ਜਾਂ ਸਾਥੋਂ ਪਹਿਲਾਂ ਜਿਹੜੇ ਸਾਡੇ ਬਜ਼ੁਰਗ ਸੀ ਉਹ ਖਾਲਿਆਂ ਦੇ ਉੱਤੋਂ ਬੁੱਕ ਭਰ ਕੇ ਪਾਣੀ ਪੀ ਲੈਂਦੇ ਸੀ ਨਹਿਰਾਂ ਦਾ ਪਾਣੀ ਉਸੇ ਤਰ੍ਹਾਂ ਘੜਿਆਂ ਦੇ ਵਿੱਚ ਭਰ ਕੇ ਘਰਾਂ ਦੇ ਵਿੱਚ ਪੀਤਾ ਜਾਂਦਾ ਸੀ ਔਰ ਕੋਈ ਵਿਅਕਤੀ ਬਿਮਾਰ ਨਹੀਂ ਹੁੰਦਾ ਸੀ ਸਾਫ਼ ਪਾਣੀ ਸੀ ਔਰ ਉਸ ਨਾਲ ਤੰਦਰੁਸਤੀ ਲੋਕਾਂ ਦੇ ਵੀ ਜ਼ਿਆਦਾ ਆਈ ਅਸੀਂ ਹੁਣ ਪਹਿਲਾਂ
आप पानी नूं प्रीत करते हैं, फिर उस प्रीत पानी नूं शुद्ध करने वास्ते हजारां रुपया ला के आरो ला के फिर पानी पीण पीण योग करते हैं। इसलिए मैं तो आभारी हाँ इन नौजवानों का, समाज सेवी संस्थावां का, साडे म्यूनसिपल कौंसलर ने सुखदीप सिंह ढिल्लों मेरे नाल ने, और कारपोरेशन के जिहड़े मुलाजम ने वो नाल ने, सारे आ नौजवान जिहड़े मेरे आसे पासे खड़े है, जिहड़े हर समय बठिंडे शहर की जिथे भी इन्हों कोई अजिही गल लगती है कि इतने शहर बेहतरी की जा सकती है, भावें वह चाइना डोर के खिलाफ हो सफाई मुहिम हो, उस दे विच बड़े जी जान नाल लगते हैं, पर यह पानी नूं साफ रखने की मुहिम जी है उस तो भी वध इंपोर्टेंट है, उस तो भी वध जरूरी है। मैं ये नहीं सोचता कि अज साढ़े एक दिन करन दे नाल यह सारा कुछ साफ हो जाएगा, सवाल है स्नेहा देना संकेतक तौर पर, हो सकता है कई वो मेरे दोस्त भी ये कहन के सरकारां दा कम हुंदा है, सरकारां दा कम कंट्रोल करन दा जरूर हुंदा जिते सरकारां लगी है, मैं सरकार दा हिस्सा होण करके ये सोच पासे मुड़े हैं कि मैनू सरकार दे तौर दे उत्ते मेरी भी ड्यूटी बनती है कि मैं लोगों को जागरूक कराँ, जिन्ना कि मैं योगदान पा सकता सोसायटी के अच्छे कामों वास्ते पावां, मैं उस वास्ते इन्हां सारयां नूं बेनती कीती है, और उस दे नाल बहुत ही वधिया रिजल्ट जिहड़े आउण वाले समय च आउणगे। मैं सारे समुचे शहर वासियों नूं बेनती करदा कि अपनियां धार्मिक भावां भावनावां दे मुताबिक सब कुछ करो, पर असीं इत्थे जिहड़ा कुंड बनाया उस दे विच आपदा जिहड़ा है जिहड़ा तुहाडे कोले मटीरियल हुंदा जिहड़ा तुसीं इत्थे प्रवाह करना है उत्थे रखो, असीं हर हफ्ते उस नूं मर्यादा दे मुताबिक साडे नाल हर वर्ग दे हर धर्म दे लोक शामिल ने, उस नूं मर्यादा दे मुताबिक अगे उसका प्रोसैस करके उस नूं प्लीज पानी करन दी बजाय होर प्रोसैस नाल अगे उसका सारा सिस्टम लागू करांगे। मैं चाहुंदा है कि तुसीं साडी इस मुहिम दे विच जिहड़े इत्थे नहीं आ सके इस सोच नाल जुड़ो कि असीं इस नहर दे विच इस पानी दे विच किसे किस्म दा भी कपड़ा लीड़ा राख जां कोई होर मटीरियल जितना जिहदे नाल पानी पलीत हुंदा होवे, मैं आस करदा कि तुसीं मेरी इस बेनती नूं कबूल करोगे। सरकार दा इक नुमाइंदा होण दे नाते, लोकां दा नुमाइंदा होण दे नाते, सरकार दी तरफों भी मेरी तुहानूं सारयां नूं बेनती है, ते मैं इस तों बाद महकमा नहर नूं भी कहूँगा कि उन्हां दी भी ड्यूटी है कि जदों नहरां बंद हुंदियां ने जिथे किते इस तरां दा मटीरियल दिसदा उस नूं तुरंत सफाई वास्ते उपराले करन। धन्नवाद, मैं आस करदा तुसीं मेरी इस बेनती नूं जरूर प्रवान करोगे। जय हिंद, वाहेगुरू का खालसा, वाहेगुरू। बड़ी मेहरबानी सरदार जगरूप सिंह गिल जी, तुसीं नहर का हाल देख ही सकते हो, ये पीने वाला पानी साडे लई मुहैया हुंदा है। साडे नाल वार्ड नंबर 2 तो कौंसलर सुखदीप सिंह ढिल्लों जी भी इस मुहिम विच वध चढ़ के हिस्सा ले रहे हैं। मैं बेनती करांगा ढिल्लों साहब, तुसीं जरूर अपना संदेश बठिंडा शहर वासियों नूं करी भाई, करी करी, तुहाडी गल भी साडे लई बहुत इंपोर्टेंट है। सारे ही उच्ची फेसबुक दे उत्ते अज जिन्हें भी शहर वासी या पंजाब वासी देख रहे ने, असीं अज बठिंडा शहर दे विच जो सरहंद कनाल है इहदी नहरबंदी सी, सारियां ही समाज सेवक संस्थावां उन्हां दे नाल मिल के बठिंडा नगर निगम दे जिन्हें भी सफाई कर्मचारी है चीफ सैनिटरी इंस्पैक्टर उन्हां नाल मिल के MLA जगरूप सिंह गिल जी खड़े ने, इन्हां दी रहनुमाई हेठ सारयां ने फैसला कीता कि जदों नहर दे विच पानी सुक जाएगा तो आपां इस नहर की सफाई करांगे। सफाई एक दिन जां दो चार घंटे दे विच तां नहीं हो सकती, पर लोगों नूं असीं इत्थे सुनेहा देना चाहुंदे हां कि तुसीं सारे जागरूक होवो, जिवें पहलां MLA साहब ने दस्सिया कि आपां जो धार्मिक भावनावां नूं मुख रखदे हुए जो नहर दे विच जल प्रवाह आपां समगरी करदे हां उहनूं इत्थे कुंड बणिया होया उहदे विच कीता जावे, उस तों बाद उहनूं मर्यादा अनुसार कारपोरेशन वल्लों अगे जल प्रवाह किया जाऊ। सो सारयां नूं हाथ जोड़ के बेनती है, अज जिन्हें भी असीं इत्थे आए हैं असीं ये फैसला किया है कि जदों भी नहरबंदी आया करेगी असीं इस तरह इकट्ठे होके नहर की सफाई कराया करांगे, ते लोगों नूं भी ये सुनेहा दिंदे हां कि तुसीं भी जागरूक होवो, वध चढ़ के हिस्सा लवो, ये तुहाडा अपना शहर है, इत्थों सारे घरां दे विच पीण वास्ते पानी जांदा है, घरां दे विच महंगे आरो आपां लाउणे उहनां दी लोड़ ना पवे, अगर नहर साफ सुथरी होवे ते पानी साफ होवे। सो सारयां नूं ये सुनेहा वध चढ़ के
ਸਾਡੇ ਨਾਲ ਜੁੜੋ ਆਪਣੇ ਸ਼ਹਿਰ ਨੂੰ। ਇਹ ਬਠਿੰਡਾ ਸ਼ਹਿਰ ਦੀ ਜੋ ਨਹਿਰ ਹੈ, ਪੀਣ ਵਾਲਾ ਪਾਣੀ ਹੈ, ਇਹ ਲਾਈਫ ਲਾਈਨ ਹੈ, ਇਹਨੂੰ ਆਪਾਂ ਸਾਫ਼ ਕਰੀਏ। ਬਹੁਤ ਧੰਨਵਾਦ ਸੁਖਦੀਪ ਸਿੰਘ ਢਿੱਲੋਂ ਜੀ, ਐਮ ਸੀ ਵਾਰਡ ਨੰਬਰ 2 ਸਾਡੇ। ਉਹਨਾਂ ਨੇ ਅਪੀਲ ਕੀਤੀ ਹੈ ਸ਼ਹਿਰ ਵਾਸੀਆਂ ਨੂੰ ਕਿ ਮਿਲ ਜੁਲ ਕੇ ਅਸੀਂ ਕਰੀ ਬਈ ਮਾੜਾ ਐਸਾ ਕਰੀ ਬਾਈ ਰਾਜੂ ਕਰ ਲਈ, ਰਾਜੂ ਨੇ ਕਰ ਲਈ ਸਾਈਡ ਸਾਊਂਡ ਬਹੁਤ ਹੋ ਗਿਆ।